ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਟਾਈਲਿਸ਼ ਅੰਦਾਜ਼ ਤੋਂ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਹੈਗੇ ਇਹ ਹੈਗੇ ਆ ਹੈਂਡਵਰਕ ਦੇ ਵਿੱਚ, ਬਿਲਕੁਲ ਲੇਟੈਸਟ ਨਿਊ ਡਿਜ਼ਾਈਨ ਹੈ ਜਿਹੜੇ ਆਪਾਂ ਹੈਂਡਵਰਕ ਦੇ ਵਿੱਚ ਲੈ ਕੇ ਆਏ ਹਾਂ। ਫਸਟ ਸੂਟ ਆਪਣੇ ਕੋਲ ਇਹ ਆਏਗਾ, ਇਹ ਨੈੱਕ ਦੇ ਉੱਪਰ ਵਰਕ ਆਏਗਾ, ਕਾਫੀ ਹੈਵੀ ਦੇ ਵਿੱਚ ਹੈਗਾ ਜੋ ਨੈੱਕ ਦੇ ਉੱਪਰ ਆਏਗਾ ਇਸ ਤਰ੍ਹਾਂ ਦੇ ਨਾਲ। ਇਹ ਜੋ ਨੈੱਕ ਦੇ ਉੱਪਰ ਵਰਕ ਹੈ ਇਹ ਹੈ ਜੋ ਵੱਡਾ ਸਿਤਾਰਾ ਲੱਗਿਆ ਹੋਇਆ, ਉਸ ਤੋਂ ਬਾਅਦ ਰੇਨਬੋ ਹੈ ਜੋ ਸਿਤਾਰੇ ਲੱਗੀ ਹੋਈ ਹੈ, ਕੱਟ ਦਾਣਾ ਲੱਗਿਆ ਹੋਇਆ, ਬਹੁਤ ਹੀ ਬਰੀਕੀ ਦੇ ਵਿੱਚ ਜੋ ਇਹ ਕੰਮ ਕੀਤਾ ਹੋਇਆ ਹੈਗਾ ਤੁਸੀਂ ਨੇੜ ਤੋਂ ਹੈ ਜਿਹੜਾ ਦੇਖ ਸਕਦੇ ਹੋਗੇ, ਬਹੁਤ ਜ਼ਿਆਦਾ ਬਰੀਕੀ ਕੰਮ ਹੈਗਾ, ਉਹਦਾ ਕਰਕੇ ਜਿਹੜਾ ਇਹ ਪੀਸ 'ਤੇ ਟਾਈਮ ਵੀ ਬਹੁਤ ਜ਼ਿਆਦਾ ਲੱਗਿਆ ਹੈਗਾ। ਇਹ ਹੈ ਜੋ ਨੈੱਕ ਦੇ ਉੱਪਰ ਆ ਜਾਵਾ, ਇਹਦੀਆਂ ਜੋ ਹੈ ਸਲੀਵਸ ਦੇ ਉੱਪਰ ਵਰਕ ਆ ਜਾਊਗਾ ਇਸ ਤਰ੍ਹਾਂ ਦੇ ਨਾਲ। ਅਗਰ ਤੁਸੀਂ ਚਾਹੋ ਇਹ ਬੋਟਮ 'ਤੇ ਵੀ ਕਰਵਾ ਸਕਦੇ ਹੋਗੇ, ਆਪਾਂ ਨੇ ਫਿਲਹਾਲ ਨੈੱਕ ਅਤੇ ਬਾਜੂ ਦੇ ਉੱਪਰ ਕੀਤਾ ਹੋਇਆ ਜਿਹੜਾ ਇਸ ਦੇ ਨਾਲ। ਇਹ ਹੈ ਜੋ ਬੋਟਮ ਆਏਗੀ ਇਸ ਦੇ ਨਾਲ ਕੋਂਬੀਨੇਸ਼ਨ, ਜਿਹੜਾ ਇਹਦਾ ਦੁਪੱਟਾ ਹੈਗਾ ਦੁਪੱਟਾ ਵੀ ਕਾਫੀ ਹੈਵੀ ਦੇ ਵਿੱਚ ਜਿਹੜਾ ਆਪਣੇ ਕੋਲ ਬਣਿਆ ਹੋਇਆ ਹੈਗਾ, ਪਿਓਰ ਸਿਲਕ ਦਾ ਦੁਪੱਟਾ, ਇਹ ਟੈਬੀ ਸਿਲਕ ਦਾ ਦੁਪੱਟਾ, ਆਪਾਂ ਨੇ ਇਹਦੇ ਉੱਪਰ ਸਿਲਕ ਪੇਂਟ ਕੀਤਾ ਹੋਇਆ ਗਾ। ਸਿਲਕ ਪੇਂਟ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਨੇੜੇ ਤੋਂ ਕਿੰਨਾ ਬਰੀਕੀ ਜਿਹੜਾ ਕੰਮ ਹੈ, ਤਾਂ ਜਿਹੜਾ ਕੰਮ ਜਿਹੜੇ ਕੰਮ ਦੇ ਉੱਪਰ ਜ਼ਿਆਦਾ ਟਾਈਮ ਲੱਗਦਾ ਹੋਣ ਦੀ ਤਾਂ ਉਹਦੀ ਕੋਸਟ ਹੈ ਜਿਹੜੀ ਉਹ ਥੋੜ੍ਹੀ ਜਿਹੀ ਵੱਧ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਇਹ ਦੁਪੱਟਾ ਆਪਾਂ ਨੇ ਰੈਡੀ ਕੀਤਾ ਹੈ, ਪਿਓਰ ਸਿਲਕ ਦੇ ਵਿੱਚ ਹੈ, ਟੈਬੀ ਸਿਲਕ ਦੇ ਵਿੱਚ ਦੁਪੱਟਾ ਹੈ। ਇਹ ਲੇਸ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਚੇਂਜ ਵੀ ਕਰਵਾ ਸਕਦੇ ਹੋਗੇ। ਫੁੱਲੀ ਹੈਂਡਵਰਕ ਜਿਹੜਾ ਹੈ ਦੁਪੱਟਾ ਹੈਗਾ ਇਸ ਤਰ੍ਹਾਂ, ਇਹ ਸੂਟ ਦੇ ਨਾਲ ਹੈ ਜੋ ਇਹ ਦੁਪੱਟਾ ਆਏਗਾ, ਇਹ ਬੋਟਮ ਹੋ ਗਈ, ਇਹ ਸ਼ਰਟ ਹੋ ਗਈ। ਇਹ ਜੋ ਸੂਟ ਸੀਗਾ ਆਪਣੇ ਕੋਲ ਇਹ ਦੁਪੱਟੇ ਨਾਲ ਸੀਗਾ, ਸਿਲਕ ਪੇਂਟ ਦਾ ਦੁਪੱਟਾ ਸੀਗਾ। ਅਗਰ ਤੁਸੀਂ ਚਾਹੋ ਦੁਪੱਟਾ ਪਲੇਨ ਰੱਖਣਾ ਤਾਂ ਉਹ ਪਲੇਨ ਵੀ ਰਹਿ ਜਾਏਗਾ, ਉਹ ਤੁਸੀਂ ਆਪਣੇ ਚੋਇਸ ਅਕੋਰਡਿੰਗ ਜਿਹੜਾ ਆਰਡਰ ਹੈ ਉਹ ਦੇ ਸਕਦੇ ਹੋਗੇ। ਜਿਹੜਾ ਆਪਣੇ ਕੋਲ ਸੈਕਿੰਡ ਸੂਟ ਹੈ ਉਹ ਵੀ ਹੈਂਡਵਰਕ ਦੇ ਵਿੱਚ ਆਏਗਾ। ਇਹ ਜੋ 4D ਸੂਟ ਸੀਗਾ ਉਸਦੇ ਉੱਪਰ ਗੋਟਾ ਪੱਟੀ ਦਾ ਜਿਹੜਾ ਕੰਮ ਕੀਤਾ ਹੋਇਆ ਆਪਾਂ ਨੇ, ਇਹ ਸੂਟ ਹੈ ਜੋ ਫੁੱਲੀ ਹੈਂਡਵਰਕ ਸੂਟ ਹੈ। ਤੁਸੀਂ ਦੇਖ ਸਕਦੇ ਹੋ ਕਿੰਨੇ ਹੈਵੀ ਦੇ ਵਿੱਚ ਇਹ ਸੂਟ ਰੈਡੀ ਹੋਇਆ ਹੋਇਆ। ਇਹ ਜਿਹੜਾ ਸੂਟ ਹੈ ਕਿਸੇ ਵੀ ਲੈਂਥ ਅਤੇ ਘੇਰੇ ਦੇ ਵਾਲੇ ਜਿਹੜੇ ਇਹ ਸੂਟ ਨੂੰ ਲੈ ਸਕਦੇ ਹੈਗੇ, ਘੇਰੇ ਲੈਂਥ ਦੀ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ। ਇਸ ਤਰ੍ਹਾਂ ਅਗਰ ਮੈਚਿੰਗ ਸੂਟ ਬਣਾਉਣਾ ਤੁਸੀਂ ਸੂਟ ਉਹ ਵੀ ਬਣ ਜਾਏਗਾ, ਆਲ ਓਵਰ ਲੈਣਾ ਉਹ ਵੀ ਮਿਲ ਜੂਗਾ ਤੁਹਾਨੂੰ। ਇਸ ਤਰ੍ਹਾਂ ਦੇਖ ਸਕਦੇ ਹੋ ਫੁੱਲੀ ਹੈਂਡਵਰਕ ਸੂਟ ਹੈਗਾ, ਇਸ ਦੇ ਵਿੱਚ ਸਿਤਾਰੀ ਜੋ ਵਾਈਟ ਪਰਲ ਹੈ ਉਹ ਐਡ ਕੀਤੇ ਹੋਏ ਆਪਾਂ ਨੇ ਇਸ ਤਰ੍ਹਾਂ ਦੇ ਨਾਲ, ਬਹੁਤ ਸੋਹਣਾ ਇਹ ਸੂਟ ਹੈ ਜਿਹੜਾ ਰੈਡੀ ਹੋਏਗਾ। ਜਿਹੜੀ ਇਹਦੀਆਂ ਸਲੀਵਸ ਦੇ ਉੱਪਰ ਕੰਮ ਹੈ ਇਸ ਤਰ੍ਹਾਂ ਆ ਜਾਏਗਾ, ਇਹ ਮਸ਼ੀਨ ਵਰਕ ਦੇ ਨਾਲ ਫਲਾਵਰ ਬਣਾ ਕੇ ਉੱਪਰ ਗੋਟਾ ਪੱਟੀ ਕੀਤੀ ਹੋਈ ਆਪਾਂ ਨੇ। ਇਹ ਵੀ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕਿਸੇ ਵੀ ਕਲਰ ਦੇ ਉੱਪਰ ਹੈ ਜਿਹੜਾ ਇਹ ਡਿਜ਼ਾਈਨ ਰੈਡੀ ਕਰਵਾਉਣਾ ਤਾਂ ਉਹ ਵੀ ਤੁਸੀਂ ਕਰਵਾ ਸਕਦੇ ਹੋਗੇ। ਨੈਕਸਟ ਸੂਟ ਹੈ ਜੋ ਆਪਣੇ ਕੋਲ ਇਹ ਬਲੈਕ ਦੇ ਵਿੱਚ ਹੈ, ਜਿਹੜਾ ਇਹ ਸਟੱਫ ਹੈਗਾ ਇਹ ਕਰੇਪ ਦੇ ਉੱਪਰ ਆਏਗਾ, ਜੈੱਟ ਬਲੈਕ ਸੂਟ ਹੈ, ਜਿਹੜਾ ਸੂਟ ਹੈ ਪੂਰਾ ਕਵਰ ਹੋ ਜਾਂਦਾ। ਇਹ ਵੀ ਤੁਹਾਨੂੰ ਠੀਕ ਪ੍ਰਾਈਸ ਦੇ ਵਿੱਚ ਜਿਹੜਾ ਸੂਟ ਹੈ ਰੈਡੀ ਹੋ ਜੂਗਾ। ਪੂਰੀ ਸ਼ਰਟ ਦੇ ਉੱਪਰ ਵੇਲ ਆ ਗਈ, ਘੇਰੇ ਦੇ ਉੱਪਰ ਨੀਚੇ ਬਾਰਡਰ ਬਣਿਆ ਹੋਇਆ ਹੈਗਾ। ਜਿਹੜੀਆਂ ਇਹਦੀਆਂ ਸਲੀਵਸ ਹੈਗੀਆਂ ਇਹ ਹੈ ਜੋ ਸਲੀਵਸ ਆ ਜਾਣੀਆਂ, ਇਹ ਵੀ
ਤੁਹਾਡੀ ਰੇਂਜ ਦੇ ਅਕੋਰਡਿੰਗ ਜਿਹੜਾ ਵਰਕ ਹੈ ਇਹ ਹੋ ਜੂਗਾ। ਇਸ ਦੇ ਨਾਲ ਜਿਹੜਾ ਆਪਾਂ ਨੇ ਦੁਪੱਟਾ ਰੱਖਿਆ ਹੋਇਆ ਇਹ ਆਰਡਰ ਦੇ ਸੂਟ ਹੈ ਜਿਹੜਾ ਰੈਡੀ ਹੋਇਆ ਗਾ। ਇਹ ਹੈ ਜੋ 4D ਦੁਪੱਟਾ ਕਰਕੇ ਇਸ ਤਰ੍ਹਾਂ ਦੇ ਉੱਪਰ ਹੈ ਜੋ ਲੇਸ ਲੱਗੀ ਹੋਈ ਆ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ 4 ਕਲਰ ਕੀਤੇ ਹੋਏ ਆ। ਇਹ ਹੈ ਜੋ ਸੂਟ ਦੇ ਨਾਲ ਦੁਪੱਟਾ ਆ ਜੂਗਾ। ਇਹ ਵੀ ਤੁਸੀਂ ਕਿਸੇ ਕਲਰ ਕੋਂਬੀਨੇਸ਼ਨ ਦੇ ਉੱਪਰ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ। ਪਲੀਜ਼ ਜਦੋਂ ਵੀ ਤੁਸੀਂ ਮੇਰੇ ਚੈਨਲ 'ਤੇ ਆਉਂਦੇ ਹੋਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ। ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ, ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਇੱਕ ਪਲੀਜ਼ ਤੁਸੀਂ ਮੈਸੇਜ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਮੇਰੇ ਸੂਟ ਹੈ ਜਿਹੜੇ ਕਿਵੇਂ ਲੱਗਦੇ ਆ। ਇਹ ਸਾਰੇ ਪੁੱਛਦੇ ਰਹਿੰਦੇ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋਗੇ। ਮੈਂ ਡਿਸਟ੍ਰਿਕਟ ਬਠਿੰਡਾ ਤੋਂ, ਤਲਵੰਡੀ ਸਾਬੋ ਅਤੇ ਮੌੜ ਦੇ ਵਿਚਕਾਰ ਸਾਡਾ ਪਿੰਡ ਹੈਗਾ ਜਿਹੜਾ ਜੋਧਪੁਰ ਪਾਖਰ, ਉੱਥੇ ਮੈਂ ਆਪਣੇ ਘਰ ਜਿਹੜਾ ਕੰਮ ਸਟਾਰਟ ਕੀਤਾ ਹੋਇਆ ਹੈਗਾ। ਤਾਂ ਪਲੀਜ਼ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ। ਮਿਲਦੇ ਹਾਂ ਹੋਰ ਨਵੇਂ ਸੂਟਸ ਦੇ ਨਾਲ।